भाजपा के सूबे के आगू बिना किसी ठोस एजेंडे के लिखती सद्दा पत्र के प्रधानमंत्री नाल गलबात करवाने लई गल कह रहे हैं। तो दूजे ही पासे प्रधानमंत्री नरेंद्र मोदी और उसके मंत्रियों वालों अंबानिया ते अंडानिया के दबाव हेठा उक्त तीनों खेती आर्डिनेंस रहे किसानों की आमदन दुगनी करन दे अंदोलन किसानों मजदूरों नूं गुमराह होए दस के गलबात का माहौल बिगाड़न ते छुपे एजेंडे उत्ते चलण का भारी विरोध करदिआं अज हज़ारां किसानां मजदूरां वल्लों रेलवे ट्रैक बस्ती टैंकां वाली उत्ते लगे पक्के मोर्चे दे 11वें दिन प्रधानमंत्री नरेंद्र मोदी अंबानी अंडानी ते पुतले फूके रोस प्रदर्शन कीता अते खेत बचाओ देश बचाओ भाजपा ते कारपोरेट घराणे भाजपा दा नारा पंजाब दे देशवासियां नूं दित्ता जिहड़ा ना ता इह धरने दे विच समुच्चा किसान जिहड़ा जिले फिरोजपुर दा रेल रोको अंदोलन दे विच दिन दिन जिहड़ा वधदा ही जा रहा जिवें जिवें किसानां नूं पता लगदा जा रहा सारे नगरां दे विचों लोग अपना अपने आप लंगर लै के अपने आप वध तों वध इत्थे पहुँच रहे हैं क्योंकि जिन्ना चिर तक ये तिने कानून रद्द नहीं हो जाते उन्ना चिर तक किसानां दा संघर्ष पूरे पंजाब दे विच इस तरह जारी रहूगा। किसान मजदूर संघर्ष कमेटी पंजाब दे प्रधान अज साडा 24 तरीक तों लगा होया मोर्चा 24 सितंबर तो लगा हुआ अज 11वें दिन च दाखिल हो गया लगातार जिहड़े जथे आ वो रोज़ आ रहे हैं पिंडां तों किसानां दे विच बड़ा वड्डा रोह आ बहुत वड्डा गुस्सा वा केंद्र सरकार के खिलाफ कि अज असी मोदी का अपना प्रधानमंत्री नरेंद्र मोदी अडानी तो बानी का जिहड़ा पुतला फूकिया वा तो अपना विरोध प्रचार संगीतक तौर पर दिता भी इन्हां दे जिहड़े इन्हां दा गठजोड़ आ जिहड़े इन्हां दी ਦਾਰ ਹਕੂਮਤ ਜਿਹੜੀ ਮੋਦੀ ਸਰਕਾਰ ਦੀ ਉਹ ਆਰਡੀਨੈਂਸ ਰੱਦ ਕਰੇ ਨਿੱਜੀਕਰਨ ਦੀ ਨੀਤੀਆਂ ਜਿਹੜੀਆਂ ਵਾਪਸ ਲਵੇ ਅਤੇ ਇਹ ਸਾਡੀ ਮੰਗ ਆ ਹੋਰ ਸਾਡਾ ਜਿਹੜਾ ਇਹ ਸੰਘਰਸ਼ ਉਹਨਾਂ ਚਿਰ ਤੱਕ ਤੇਜ਼ ਤੋਂ ਤੇਜ਼ ਹੁੰਦਾ ਜਾਊਗਾ ਜਿੰਨਾ ਚਿਰ ਤੱਕ ਇਹ ਤਿੰਨੇ ਆਰਡੀਨੈਂਸ ਰੱਦ ਨਹੀਂ ਹੋ ਜਾਂਦੇ ਸਰਕਾਰ ਆੜੀ ਆ ਉਹ ਪਿੱਛੇ ਨਹੀਂ ਮੁੜਦੀ ਉਹਨਾਂ ਚਿਰ ਤੱਕ ਅਸੀਂ ਆਪਣਾ ਸੰਘਰਸ਼ ਤੇਜ਼ ਤੋਂ ਤੇਜ਼ ਕਰਦੇ ਜਾਵਾਂਗੇ ਅਤੇ ਜਿਹੜਾ ਸਾਡਾ ਅੱਜ 11ਵੇਂ ਦਿਨ 'ਚ ਸੰਘਰਸ਼ ਆ ਇਸ ਨੂੰ ਅਸੀਂ ਵਧਾਉਂਦੇ ਹੋਏ ਸਾਰਾ ਪੰਜਾਬ ਦੀ ਹਿੰਦੁਸਤਾਨ ਦੀ ਸਿੱਧੀ ਨੂੰ ਵੇਖਦੇ ਹੋਏ ਅਸੀਂ ਜਦੋਂ ਅਜੇ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਤਾਂ ਅਸੀਂ ਇਸ ਨੂੰ 8 ਅਕਤੂਬਰ ਤੱਕ ਕਰਤਾ 8 ਅਕਤੂਬਰ ਤੱਕ ਸਾਡਾ ਸੰਘਰਸ਼ ਜਿਹੜਾ 5 ਤਰੀਕ ਤੱਕ ਸੀ ਉਸ ਤਰ੍ਹਾਂ ਹੁਣ 8 ਤਰੀਕ ਤੱਕ ਜਾਰੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਹੜਾ ਕਿਸਾਨ ਦੇ ਨਾਂ ਤੇ ਰਾਜਨੀਤੀ ਕਰ ਰਹੇ ਆ ਜਾਂ ਕਿਸੇ ਕੋਈ ਬੀਜੇਪੀ ਲੀਡਰ ਨੂੰ ਜਾਂ ਕਿਸੇ ਹੋਰ ਲੀਡਰ ਨੂੰ ਘੇਰਨਾ ਇਹ ਕੋਈ ਏਡਾ ਲਾਹੇਵੰਦ ਚੀਜ਼ ਨਹੀਂ ਹੈਗਾ ਇਹ ਆਪਦੀ ਸਿਆਸਤ ਪਕਾ ਰਹੇ ਆ ਲੜਾਈ ਤਾਂ ਸਾਡੀ ਕੇਂਦਰ ਸਰਕਾਰ ਨਾਲ ਆ ਜਿਹੜੇ ਮੁੱਦੇ ਸਾਡੇ ਹੈਗੇ ਆ ਸਾਰੇ ਕੇਂਦਰ ਸਰਕਾਰ ਨਾਲ ਸੰਬੰਧਿਤ ਹੈਗੇ ਆ ਇੱਥੇ ਜਿਹੜੀ ਲੀਡਰੀ ਕਰਨੀ ਹੈਗੀ ਆ ਜਾਂ ਸਿਆਸਤ ਪਕਾਉਣੀ ਆ ਇਹ ਕਿਸਾਨ ਦੇ ਹੱਕ 'ਚ ਨਹੀਂ ਹੈ ਕਿਸਾਨ ਦੇ ਜਿਹੜਾ ਅੰਦੋਲਨ ਨੂੰ ਤਾਰੋ ਬੀੜੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਸਿਆਸਤ 'ਚ ਪਕਾ ਰਹੇ ਆ ਦੇਖੋ ਜੀ ਜਿਹੜਾ ਇਹ ਪ੍ਰਾਪੇਗੰਡਾ ਹੈਗਾ ਜਾਂ ਖਬਰਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨਾ ਇਹ ਗਲਤ ਗੱਲ ਹੈਗੀ ਆ ਜੇ ਜਿਹਨੂੰ ਕੋਈ ਸ਼ੌਂਕ ਹੈਗਾ ਧਰਨੇ ਦੇ ਵਿੱਚ ਕੋਈ ਸ਼ਾਮਿਲ ਹੋਣ ਦਾ ਵੱਡਾ ਇਕੱਠ ਵਿਖਾਉਣ ਦਾ ਤਾਂ ਜਿਹੜੇ ਕਿਸਾਨ ਦੇ ਧਰਨੇ ਚੱਲ ਰਹੇ ਆ 31 ਜੂਨ 31 ਕਿਸਾਨ ਜੂਨ ਜਿਹੜੇ ਇਕੱਠੇ ਚੱਲ ਰਹੇ ਆ ਇੱਥੇ ਸਾਰਾ ਕੁਛ ਇੱਥੇ ਸ਼ਾਮਿਲ ਹੋਣ ਤੂੰ ਹੁਣ ਜਿੰਨਾ ਮਰਜ਼ੀ ਵਿਖਾਉਣਾ ਵਾ ਦਿਖਾਈ ਜਾਣ ਹਾਂਜੀ ਦੇਖੋ ਜੀ ਅਸੀਂ ਇਸ ਚੀਜ਼ ਦਾ ਸਖ਼ਤ ਪ੍ਰਖਲਾਵ ਆ ਕੋਈ ਪਾਰਟੀ ਚਾਹੇ ਉਹ ਕਾਂਗਰਸ ਆ ਚਾਹੇ ਅਕਾਲੀ ਦਲ ਆ ਕੋਈ ਵੀ ਪਾਰਟੀ ਜਾਂ ਪਖੰਡ ਜਾਂ ਸ਼ੋਸ਼ਾਬਾਜ਼ੀ ਕਰ ਰਹੀ ਆ ਅਸੀਂ ਇਸ ਜਿਹੜੀਆਂ ਕਿਸਾਨ ਜੂਨ ਸਾਡੀਆਂ ਹੈਗੀਆਂ 31 ਇਹਨਾਂ ਦੇ ਵਿਰੋਧ 'ਚ ਹੈਗੀਆਂ ਅਸੀਂ ਇਹਨਾਂ ਨੂੰ ਜਿਹੜੇ ਮਸੂਬੇ ਆ ਉਹ ਸਫਲ ਹੀ ਇਹਨਾਂ ਦੇ ਹੁਣ ਦੇਵਾਂਗੇ।